ਹੇ ਗਾਈ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸਵਾਗਤ ਹੈ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਹਾਂ ਇਟੋਬਿਕੋ ਜੋ ਕਿ ਜਿੱਥੇ ਇੱਕ ਬਹੁਤ ਸੋਹਣਾ ਮੰਦਰ ਬਣਾਇਆ ਗਿਆ ਸਵਾਮੀ ਨਾਰਾਇਣ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਪੂਰੀ ਵੀਡੀਓ ਵੇਖਿਓ ਅਤੇ ਤੁਸੀਂ ਵੇਖ ਕੇ ਨਾ ਰਹਿ ਜਾਓ ਕਿੱਡੀ ਸੋਹਣੀ ਕਲਾਕਾਰੀ ਕੀਤੀ ਇਸ ਮੰਦਰ 'ਤੇ ਅਤੇ ਬਹੁਤ ਹੀ ਸੋਹਣਾ ਖੂਬਸੂਰਤ ਇਹਨੂੰ ਬਣਾਇਆ ਗਿਆ ਜਿਹੜੇ ਵੀਡੀਓ ਦੇ ਵਿੱਚ ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਲਓ ਜੀ ਅਸੀਂ ਆ ਚੁੱਕੇ ਹਾਂ ਸਵਾਮੀ ਨਾਰਾਇਣ ਦੇ ਮੰਦਰ ਦੇ ਵਿੱਚ ਜੋ ਕਿ ਬਹੁਤ ਹੀ ਸੋਹਣੀ ਜਗ੍ਹਾ ਜਿੱਥੇ ਬਣਾਇਆ ਗਿਆ ਇਟੋਬਿਕੋ ਬਹੁਤ ਹੀ ਸੋਹਣਾ ਏਰੀਆ ਇੱਥੇ ਸ਼ਾਂਤ ਮਾਹੌਲ ਅੱਜ ਮੌਸਮ ਬਹੁਤ ਘੈਂਟ ਆ ਧੁੱਪ ਲੱਗੀ ਆ ਅਤੇ ਬਹੁਤ ਹੀ ਸੋਹਣਾ ਵਿਊ ਉਹ ਵੇਖੋ ਬਿਲਕੁਲ ਜਿੱਦਾਂ ਦਾ ਰਾਮ ਮੰਦਰ ਬਣਿਆ ਉੱਦਾਂ ਦਾ ਮੰਦਰ ਬਣਿਆ ਇੱਥੇ ਸ਼ਨੀਵਾਰ ਦਾ ਦਿਨ ਆ ਅੱਜ ਮੌਸਮ ਬਹੁਤ ਕੈਮ ਆ ਸੂਰਜ ਪੂਰੀ ਪੀਕ 'ਤੇ ਅਤੇ ਲੋਕ ਆਏ ਇੱਥੇ ਦਰਸ਼ਨ ਕਰਨ ਲਈ ਤੁਸੀਂ ਵੀ ਵੇਖੋ ਬਹੁਤ ਹੀ ਮਜ਼ਾ ਆ ਰਿਹਾ ਇੱਥੇ ਧੁੱਪ ਬਹੁਤ ਵਧੀਆ ਅੱਜ ਮੌਸਮ ਬਹੁਤ ਘੈਂਟ ਅਤੇ ਸੋਚਿਆ ਅੱਜ ਕੋਈ ਨਵੀਂ ਜਗ੍ਹਾ 'ਤੇ ਜਾਇਆ ਜਾਏ ਸਰਚ ਕਰਕੇ ਇਹ ਸਾਨੂੰ ਨੰਬਰ ਮੰਦਰ ਲੱਭਿਆ ਅਤੇ ਆਉਣ ਕੇ ਪਤਾ ਲੱਗਿਆ ਵੀ ਬਹੁਤ ਸੋਹਣਾ ਬਹੁਤ ਸੋਹਣੀਆਂ ਇੱਥੇ ਮੂਰਤਾਂ ਬਣਾਈਆਂ ਗਈਆਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਇੱਥੇ ਮੂਰਤੀ ਬਣਾਈ ਗਈ ਹੈ ਏਕਨਾਥ ਉਸ ਤੋਂ ਬਾਅਦ ਭਗਤ ਜੈਦੇਵ ਭਗਤ ਨਾਮਦੇਵ ਸੰਤ ਕਬੀਰ ਜੀ ਸਾਰੇ ਜਿਹੜੇ ਗੁਰੂਆਂ ਪੀਰਾਂ ਦੇ ਇੱਥੇ ਮੂਰ ਆਹ ਵੇਖੋ ਜਿੰਨੇ ਵੀ ਇੱਥੇ ਪੁਰਾਣੇ ਸਹਿਦੇਵ ਨਕੁਲ ਦਰੁਪਦੀ ਦਾਨਵੀਰ ਕਰਨ ਅਭਿਮਨਿਊ ਜੋ ਕਿ ਅਰਜੁਨ ਉਹਨਾਂ ਦਾ ਮੁੰਡਿਆ ਹੈ ਅਰਜੁਨ ਭੀਮ ਸਾਰਿਆਂ ਦੀ ਮੂਰਤਾਂ ਬਣਾਈਆਂ ਯੁਧਿਸ਼ਟਰ ਕੁੰਤੀ ਜੀ ਭੀਸ਼ਮ ਯਸ਼ੋਦਾ ਬਹੁਤ ਹੀ ਵਧੀਆ ਮੂਰਤੀ ਡਿਜ਼ਾਇਨਿੰਗ ਬਹੁਤ ਵਧੀਆ ਕੀਤੀ ਹੈ ਜਿਹੜਾ ਰਾਮ ਮੰਦਰ ਬਣਿਆ ਉਹਦਾ ਵੀ ਲਗਭਗ ਇੱਦਾਂ ਦਾ ਲੱਗਦਾ ਮੈਨੂੰ ਸੋਹਣਾ ਬਣਾਇਆ ਲਓ ਗਾਈਸ ਕਰੋ ਦਰਸ਼ਨ ਤੁਸੀਂ ਵੀ ਬਹੁਤ ਸੋਹਣੀ ਖੂਬਸੂਰਤ ਜਗ੍ਹਾ ਇੱਥੇ ਇਟੋਬਿਕੋ ਦੇ ਵਿੱਚ ਅੰਟਾਰੀਓ ਸਟੇਟ ਦੇ ਵਿੱਚ ਵਧੀਆ ਮਜ਼ਾ ਦੀ ਜਗ੍ਹਾ ਇੱਥੇ ਲਓ ਗਾਈਜ਼ ਹੁਣ ਅੰਦਰ ਜਾ ਕੇ ਵੇਹਨੇ ਆ ਅੰਦਰ ਕੀ ਮਾਹੌਲ ਚਾਲ ਆ ਅੰਦਰ ਸਾਰਾ ਤੈਨੂੰ ਦਰਸ਼ਨ ਕਰਾਵਾਂਗੇ ਆਹ ਸਾਰੀ ਬਾਹਰ ਦੀ ਲੋਕੇਸ਼ਨ ਆ ਬਾਹਰੋਂ ਤਾਂ ਬਹੁਤ ਹੀ ਵਧੀਆ ਬਣਾਇਆ ਗਿਆ ਇਹਨੂੰ ਕਲਾਕਾਰੀ ਪੂਰੀ ਕੀਤੀ ਵਧੀਆ ਸੋਹਣਾ ਬਣਾਇਆ ਗਿਆ ਸ਼੍ਰੀ ਸਵਾਮੀ ਨਾਰਾਇਣ ਮੰਦਰ ਜੇ ਦੇਖੀਏ ਕਿਤਨਾ ਸੁੰਦਰ ਮੰਦਰ ਦਾ ਡਿਜ਼ਾਇਨ ਬਣਾਇਆ ਗਿਆ ਹੈ ਔਰ ਸ਼ਾਇਦ ਅੰਦਰ ਇਸ ਦੇ ਵਿੱਚ ਕੈਮਰਾ ਕੱਢਣਾ ਅਲਾਊਡ ਨਹੀਂ ਹੈ ਬਾਕੀ ਵੇਹਨੇ ਆ ਕਲਾਕਾਰੀ ਵੇਖੋ ਕਿੱਡੀ ਘੈਂਟ ਆ ਸਾਰੀ ਲੱਕੜ 'ਤੇ ਬਣਾਈ ਹੈ ਕਲਾਕਾਰੀ ਬਹੁਤ ਸੋਹਣਾ ਦੋਸਤੋ ਅੰਦਰੋਂ ਨਾ ਫੋਨ ਨਹੀਂ ਲਿਜਾਣ ਦਿੱਤਾ ਪਰ ਅੰਦਰ ਜਿਹੜੀ ਵੇਖੀ ਨਾ ਬਹੁਤ ਹੀ ਖੂਬਸੂਰਤ ਸੋਹਣੀ ਕਲਾਕਾਰੀ ਜੀਤ ਕਰਦਾ ਸਾਰੇ ਰੋਲ ਰਲ ਤੋੜ ਕੇ ਵੀਡੀਓ ਬਣਾਉਣਾ ਪਰ ਬਣਾ ਨਹੀਂ ਸਕਦੇ ਪਹਿਲੇ ਬਹੁਤ ਹੀ ਸੋਹਣੀ ਅੰਦਰ ਜਗ੍ਹਾ ਅਤੇ ਵਧੀਆ
ਮਜ਼ਾ ਆਇਆ ਪੂਰਾ। ਸੋਰੀ ਪਰ ਤੁਹਾਨੂੰ ਅੰਦਰ ਦਾ ਵਿਊ ਨਹੀਂ ਵਿਖਾ ਸਕੇ, ਪਰ ਬਹੁਤ ਸੋਹਣਾ ਸੀ ਅੰਦਰੋਂ। ਲਓ ਪਰ ਤੁਸੀਂ ਵਿਆਹ ਬਾਹਰ ਦਾ ਵਿਊ ਚੈੱਕ ਕਰੋ, ਇਸੇ ਪ੍ਰਕਾਰ ਦਾ ਆਉਂਦੇ ਜਿਹੜਾ ਟੈਂਪਲ ਆ ਉਹ ਦਿੱਲੀ ਦੇ ਵਿੱਚ ਬਣਿਆ, ਪਰ ਉਹ ਬਹੁਤ ਹੀ ਵੱਡੇ ਏਰੀਏ ਦੇ ਵਿੱਚ ਆ, ਵਰਲਡ ਰਿਕਾਰਡ ਆ ਉਹਦਾ, ਨਾਮ ਮੈਂ ਭੁੱਲ ਗਿਆ ਵਾਂ, ਅਕਸ਼ਰਧਾਮ ਨਿਊ ਦਿੱਲੀ ਦੇ ਵਿੱਚ ਸਵਾਮੀ ਨਾਰਾਇਣ ਦਾ। ਲਓ ਗਾਈਸ, ਇਹ ਸੀ ਅੱਜ ਛੋਟੀ ਜਿਹੀ ਵੀਡੀਓ, ਜੋ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ। ਚੰਗੀ ਲੱਗੀ ਤਾਂ ਚੈਨਲ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਅਗਲੀ ਵੀਡੀਓ 'ਚ, ਨਮਸਕਾਰ, ਸਤਿ ਸ਼੍ਰੀ ਅਕਾਲ, ਬਾਏ ਬਾਏ।